ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਦੀ ਪ੍ਰੇਮ ਨਗਰ ਆਬਾਦੀ ਵਿੱਚ ਸਥਿਤ ਸੇਠ ਹੁਕਮ ਚੰਦ ਸਕੂਲ ਤੋਂ ਇੱਕ 13 ਸਾਲਾ ਵਿਦਿਆਰਥੀ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ 8ਵੀਂ ਜਮਾਤ ਦੇ ਅਨਮੋਲ ਨਿਵਾਸੀ ਅਵਤਾਰ ਨਗਰ ਛੁੱਟੀ ਦੇ ਬਾਅਦ ਆਟੋ ਵਿੱਚ ਬੈਗ ਅਤੇ ਬੋਤਲ ਰੱਖ ਕੇ ਦੁਬਾਰਾ ਸਕੂਲ ਗਿਆ ਸੀ, ਜਿਸ ਤੋਂ ਬਾਅਦ ਉਹ ਫਿਰ ਆਟੋ ਵਿੱਚ ਨਹੀਂ ਪਹੁੰਚਿਆ। ਪੁਲਿਸ ਦੁਆਰਾ ਜਾਂਚ ਕਰਨ ਤੇ ਸਕੂਲ ਦੇ ਸੀਸੀਟੀਵੀ ਕੈਮਰੇ ਵੀ ਬੰਦ ਪਾਏ ਗਏ, ਜਿਸ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਵਿੱਚ ਭਾਰੀ ਘਬਰਾਹਟ ਪਾਈ ਗਈ। ਇਸੇ ਵਿੱਚ ਇੱਕ ਫੋਨ ਕਾਲ ਆਇਆ ਜੋ ਕਿ ਬੱਚੇ ਦੇ ਵੱਡੇ ਭਰਾ ਦਾ ਸੀ, ਜਿਸ ਨੇ ਦੱਸਿਆ ਹੈ ਕਿ ਅਨਮੋਲ ਉਸਦੇ ਕੋਲ ਲੁਧਿਆਣੇ ਹੈ ਅਤੇ ਸਹੀ ਸਲਾਮਤ ਹੈ, ਜਿਸ ਦੇ ਬਾਅਦ ਬੱਚੇ ਨੂੰ ਵਾਪਸ ਜਲੰਧਰ ਲਿਆਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ। ਕਹਿੰਦੇ ਪਾਪਾ ਮੈਂ ਬੋਤਲ ਲੈਣ ਆਇਆ ਸਕੂਲ 'ਚ, ਬੋਤਲ ਲੈਣ ਆਇਆ ਤੇ ਮੈਨੂੰ ਏਦਾਂ ਲੱਗਿਆ ਪਾਪਾ ਕਿਸੇ ਨੇ ਮੈਨੂੰ ਸੁੰਘਾਇਆ, ਤੇ ਮੈਂ ਬੱਸ ਦੇ ਵਿੱਚ ਬੈਠਾ ਸੀ ਤੇ ਮੈਨੂੰ ਕੁਛ ਨਹੀਂ ਪਤਾ ਸੀ। ਮੈਨੂੰ ਜਦੋਂ ਹੋਸ਼ ਆਇਆ ਤੇ ਮੈਂ ਬੱਸ ਉਤਰ ਕੇ ਦੂਜੀ ਬੱਸ 'ਚ ਬਹਿ ਗਿਆ ਤੇ ਉੱਥੇ ਜਾ ਕੇ ਮੈਂ ਪਾਪਾ ਨੂੰ ਕੋਲ ਕੀਤੀ, ਵੱਡੇ ਪਾਪਾ ਮੈਨੂੰ ਇੱਥੋਂ ਲੈ ਜਾਓ, ਤੇ ਇੱਦਾਂ ਦਾ ਮੇਰੇ ਨਾਲ ਹੋਇਆ ਵਾ। ਤੇ ਕਹਿੰਦੇ ਮੈਨੂੰ ਵੱਡੇ ਪਾਪਾ ਨੇ ਲੈ ਲਿਆ ਤੇ ਮੈਂ ਹੁਣ ਵਾਪਸ, ਮੈਂ ਕਿਹਾ ਤੂੰ ਆ ਜਾ ਪਾਪਾ ਨਾਲ ਆ ਜਾ ਵਾਪਸ। ਤੇ ਜਦੋਂ ਬੱਚਾ ਹੋਸ਼ 'ਚ ਆਇਆ ਬੱਸ ਦੇ ਵਿੱਚ ਤੇ ਉਹਦੇ ਨਾਲ ਕੋਈ ਸੀ ਉਸ ਵਕਤ? ਇਹ ਹੁਣ ਉਹਨੂੰ ਹੀ ਪਤਾ ਲੱਗੇਗਾ ਜਦੋਂ ਆਏਗਾ। ਸਾਨੂੰ ਉਹਦੀ ਇਹ ਕੋਲ ਆਈ, ਪਾਪਾ ਮੈਨੂੰ ਇੱਦਾਂ ਦਾ ਕੋਈ ਸੰਘਾਇਆ ਸੀ, ਮੈਂ ਬੱਸ ਵਿੱਚ ਮਿਲਿਆ ਤੇ ਮੈਂ ਉਤਰ ਕੇ ਦੂਜੀ ਬੱਸ 'ਚ ਬੈਠ ਗਿਆ ਸੀ। ਮੈਨੂੰ ਨਹੀਂ, ਮੈਂ ਕਿਸੇ ਨੂੰ ਦੇਖਿਆ ਕਿੱਦਾਂ ਕੀ ਨਹੀਂ, ਤੇ ਮੈਂ ਉਸੇ ਵਕਤ ਉੱਥੇ ਕਿਸੇ ਦਾ ਫੋਨ ਲੈ ਕੇ ਵੱਡੇ ਪਾਪਾ ਨੂੰ ਫੋਨ ਕੀਤਾ। ਇਸ ਵਕਤ ਬੱਚਾ ਕਿੱਥੇ ਤੁਹਾਡਾ? ਲੁਧਿਆਣੇ ਬ੍ਰਦਰ ਕੋ ਮਿਲੇ। ਤੁਸੀਂ ਹੁਣ ਲੈਣ ਜਾ ਰਹੇ ਹੋ ਬੱਚੇ ਨੂੰ? ਨਹੀਂ, ਉਹ ਆ ਰਹੇ ਇੱਥੇ। ਕੰਪਲੇਂਟ ਇਹਨਾਂ ਦੇ ਜਿਹੜੇ ਸਕੂਲ ਤੋਂ ਆਈ ਸੀਗੀ ਕਿ ਬੱਚਾ ਗੁੰਮ ਹੋ ਗਿਆ, ਤੇ ਆਪਾਂ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਤਾਏ ਤੋਂ ਕਨਫਰਮ ਕੀਤਾ ਕਿ ਵੀ ਬੱਚਾ ਲੁਧਿਆਣੇ ਸਮਰਾਲਾ ਚੌਂਕ ਤੋਂ ਬਰਾਮਦ ਕਰ ਲਿਆ। ਬਾਕੀ ਉਹ ਜਦੋਂ ਮਿਲੂਗਾ ਉਹ ਤੋਂ ਬਾਅਦ ਹੀ ਕਨਫਰਮ ਹੋਊਗਾ ਕਿ ਕਿੱਦਾਂ ਇੱਥੋਂ ਗਿਆ, ਤੇ ਕਨਫਰਮੇਸ਼ਨ ਤੇ ਬਾਅਦ ਹੀ। ਸਰ, ਉਹ ਕਿਸ ਤਰ੍ਹਾਂ ਬੱਚੇ ਨੇ ਆਪਣੇ ਤਾਏ ਨੇ ਟਾਈ ਅਪ ਕੀਤਾ, ਕਿਸ ਤਰ੍ਹਾਂ ਪਤਾ ਲੱਗਾ ਕਿ ਬੱਚਾ ਉੱਥੇ ਲੁਧਿਆਣੇ ਪਹੁੰਚ? ਤੋਂ ਆਉਣ 'ਤੇ ਪਤਾ ਲੱਗਣਾ ਉਹ ਤੋਂ ਵੀ ਕਿੱਦਾਂ ਉਹਨੇ ਉੱਥੇ ਜਾ ਕੇ ਟਾਈ ਅਪ ਕੀਤਾ ਆਪਣੇ ਤਾਏ ਨਾਲ। ਇਹ ਤੋਂ ਹੁਣ ਇਹਨਾਂ ਦੇ ਫੋਨ ਤੋਂ ਹੀ ਉਹਨਾਂ ਨਾਲ ਟਾਈ ਅਪ ਕੀਤਾ ਇਹਨਾਂ ਨੇ ਆਪਣੇ ਭਰਾ ਨਾਲ ਵੀ ਉੱਥੋਂ ਲੁਧਿਆਣੇ ਤੋਂ ਬਰਾਮਦ ਹੋਇਆ, ਉਹ ਆ ਜਾਣਗੇ ਫਿਰ ਕਨਫਰਮ ਕਰ ਲੈਂਦੇ। ਬੱਚਾ ਆਪਣੇ ਫਾਦਰ ਨੂੰ ਫੋਨ 'ਤੇ ਦੱਸ ਰਿਹਾ ਕਿ ਮੈਨੂੰ ਇੱਥੋਂ ਕਿਸੇ ਨੇ ਕੁਝ ਸੰਘਾਇਆ ਹੈ ਅਤੇ ਉਹਦੇ ਬਾਅਦ ਮੈਨੂੰ ਬੱਸ ਦੇ ਵਿੱਚ ਬਿਠਾ ਦਿੱਤਾ ਗਿਆ ਹੈ। ਇਹ ਤਾਂ ਹੁਣ ਕਨਫਰਮ ਬਾਅਦ 'ਚ ਹੀ ਕਰਨਾ ਜਦੋਂ ਉਹ ਆ ਜਾਂਦੇ, ਹੁਣ ਜਦੋਂ ਉਹਦੀ ਸਟੇਟਮੈਂਟ ਆਪਾਂ ਰਿਕਾਰਡ ਕਰਾਂਗੇ ਵੀ ਕਿੱਦਾਂ ਇੱਥੋਂ ਹੋ ਗਿਆ, ਕਿ ਸਕੂਲ ਤੋਂ ਕਿਹੜਾ ਉਠਾ ਕੇ ਲੈ ਗਿਆ, ਕੋਈ ਜੋ ਵੀ ਇੰਸੀਡੈਂਟ ਹੋਇਆ ਮੌਕੇ 'ਤੇ ਉਹ ਆਪਾਂ ਕਨਫਰਮ ਕਰਾਂਗੇ। ਸਰ, ਸਕੂਲ ਦੀ ਕੋਈ ਸੀਸੀਟੀਵੀ ਫੁਟੇਜ ਨਹੀਂ ਸਾਹਮਣੇ ਆਈ? ਸੀਸੀਟੀਵੀ ਫੁਟੇਜ ਕੋਈ ਨਹੀਂ, ਇਹਨਾਂ ਦੇ ਕੈਮਰੇ ਅੱਜ ਬੰਦ ਸੀਗੇ। ਸਾਰੇ ਸਕੂਲ ਦੇ ਬੰਦ ਸੀ? ਸਾਰੇ ਸਕੂਲ ਦੇ ਹੀ ਕਹਿੰਦੇ ਵੀ ਕੱਲ੍ਹ ਰਾਤ ਤੋਂ ਬੰਦ ਸੀਗੇ 10 ਵਜੇ। ਅਤੇ ਸਰ, ਕਿਤੇ ਨਾ ਕਿਤੇ ਸਕੂਲ ਦੇ ਸਵਾਲਿਆ ਨਿਸ਼ਾਨ ਖੜਾ ਨਹੀਂ ਹੁੰਦਾ ਹੈਗਾ ਕਿ ਇਸ ਤਰ੍ਹਾਂ ਬੱਚਾ ਸਕੂਲ ਦੇ ਵਿੱਚੋਂ ਗਾਇਬ ਹੋ ਜਾਵੇ? ਸੀਸੀਟੀਵੀ ਵੀ ਸਰ ਅੱਜ ਹੀ ਬੰਦ ਹੈ, ਕੋ ਇੰਸੀਡੈਂਟ ਹੋ ਸਕਦਾ ਵੀ ਅੱਜ ਬੰਦ ਹੋ ਗਿਓ, ਅਦਰਵਾਈਜ਼ ਉਹਨਾਂ ਕਿਤੇ ਨਾ ਕਿਤੇ ਘੜੀ ਜੁੜਦੀ ਨਹੀਂ ਹੈਗੀ ਹੈ ਕਿ ਅੱਜ ਹੀ ਬੱਚਾ ਗਾਇਬ ਹੋ ਰਿਹਾ, ਅੱਜ ਹੀ ਸੀਸੀਟੀਵੀ ਬੰਦ ਹੈ। ਆਪਾਂ ਇਹ ਤਫਤੀਸ਼ ਕਰਾਂਗੇ, ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਟੂ ਆਪਾਂ ਅਗਲੀ ਕਾਰਵਾਈ ਕਰਾਂਗੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿਦ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।